ਮਾੜੇ ਨੇ ਸਰੀਰ ਕੰਬਲ ਤੋਂ ਬਿਨਾ ਆਇਓ ਸਰ ਉਮੇਸ਼ ਕੁਮਾਰ ਜੀ ਕੀ ਘਟਨਾ ਇਹ ਮੋਦਗੜ੍ਹ ਡਾਕਟਰ ਟੈਸਟ ਕਰਾਉਣ ਆਏ ਸੀਗੇ ਅਤੇ ਮੁੰਡੇ ਨੇ ਕਿਹਾ ਕਿ ਬਾਈ ਹਾਂ ਗੋਲ ਗੱਪੇ ਖਾਣ ਜਾਣਾ ਹੈ ਬਸ ਇਹ ਲਾਈਨ ਕ੍ਰੋਸ ਕਰਨ ਲੱਗੇ ਸੀ ਇਹ ਦਿੱਲੀ ਤੋਂ ਰੇਲ ਗੱਡੀ ਆਈ ਉਹਨਾਂ ਨਾਲ ਹੋ ਗਈ ਨਾ ਪੈਸੰਜਰ ਸੀਗੇ ਇਸ ਟਾਈਮ ਪੈਸੰਜਰ ਆਉਂਦੇ ਹਾਂਜੀ ਦਿੱਲੀ ਕਰਨਦੀਪ 24 ਸਾਲ ਦੀ ਜੀ ਮਾਤਾ ਸੀਗੇ ਜੀ ਮਾਤਾ ਜੀ ਨੇ 32 ਰੈਫਰ ਕੀਤਾ ਉਹਨਾਂ ਦੀ ਬਾਂਹ ਫ੍ਰੈਕਚਰ ਹੋ ਗਈ ਬੇਟਾ ਡੈਡ ਹੈ ਜੀ 10:30 ਜੀ ਹਾਂਜੀ ਮੁੰਡੇ ਦੀ ਮੌਕੇ 'ਤੇ ਹੋ ਗਈ ਮੁੰਡਾ ਐਟ ਦੀ ਸਪੋਟ ਡੈਡ ਹੋ ਗਿਆ ਅਤੇ ਇਹ ਥੋੜ੍ਹੇ ਸੀਗੇ ਲੈ ਕੇ ਇਹਨਾਂ ਦੀ ਬਾਂਹ 'ਚ ਫ੍ਰੈਕਚਰ ਸੀਗਾ ਯਾਨੀ ਕਿ ਇਹਨਾਂ ਦੀ ਬਾਂਹ ਹੱਡੀ ਤਾਂ ਟੁੱਟ ਗਈ ਆ ਬਾਕੀ ਹੁਣ ਇਹਨਾਂ ਨੇ 32 ਰੈਫਰ ਕੀਤਾ ਉੱਥੇ ਜਾ ਕੇ ਪਤਾ ਲੱਗੂ ਜੀ ਮੇਰਾ ਭਾਣਜਾ ਹੀ ਹੈ ਜੀ ਹਾਂਜੀ ਮੇਰੇ ਸਿਸਟਰ ਲੱਗਦੀ ਸੀ ਇਹ ਆਪਣੇ ਖੰਨਾ ਹੀ ਇਹਨਾਂ ਦੀ ਕਲੋਨੀ ਜੀ ਗਦਾਮ ਰੋਡ ਦੇ ਉੱਤੇ ਜੀ ਮੁੰਡੇ ਜੀ 24 ਸਾਲ ਦੀ ਨਾ ਇੱਕ ਵਾਰ ਮੁੰਡਾ ਅਨਮੈਰਿਡ ਹੈ ਜੀ
ਦੱਸੋ ਜਿਹੜਾ ਐਕਸੀਡੈਂਟ ਹੋਇਆ ਕੀ ਮਾਮਲਾ ਸੀ? ਹਾਂਜੀ, ਹੁਣ ਤੋਂ ਨਾ ਥੋੜ੍ਹੀ ਦੇਰ ਪਹਿਲਾਂ ਲਾਈਕ ਅੱਧੇ ਘੰਟੇ ਪਹਿਲਾਂ ਤੁਹਾਡੇ ਕੋਲ ਪੇਸ਼ੈਂਟ ਆਏ ਆ, ਗੁਰਵਿੰਦਰ ਕੌਰ, ਵਾਈਫ ਆਫ ਰਣਜੀਤ ਸਿੰਘ, 40 ਈਅਰ ਫੀਮੇਲ ਆ, ਨਿੰਦੀ ਕਲੋਨੀ ਏਰੀਏ ਦੇ ਦੱਸ ਰਹੇ ਨੇ ਵੀ ਇਹ ਰੇਲਵੇ ਕਰੋਸਿੰਗ ਕਰੋਸ ਕਰ ਰਹੇ ਸੀਗੇ ਅਤੇ ਉਦੋਂ ਇਹਨਾਂ ਨੂੰ ਟ੍ਰੇਨ ਬਾਰੇ ਪਤਾ ਨਹੀਂ ਲੱਗਿਆ ਅਤੇ ਉੱਥੇ ਐਕਸੀਡੈਂਟ ਹੋ ਗਿਆ। ਐਕਸੀਡੈਂਟ ਹੋਣ ਕਰਕੇ ਫਿਰ ਇਹਨਾਂ ਦੇ ਸੱਟ ਲੱਗ ਗਈ ਸੀ, ਇਸ ਕਰਕੇ ਸਾਡੇ ਕੋਲ ਐਮਰਜੈਂਸੀ 'ਚ ਲੈ ਕੇ ਆਏ ਨੇ। ਕੋਈ ਕੈਜੂਅਲਟੀ ਹੋਈ? ਹਾਂਜੀ, ਕਹਿ ਰਹੇ ਨੇ ਵੀ ਜੋ ਲੈ ਕੇ ਆਏ ਸੀ ਇਹਨਾਂ ਦੇ ਨੇਬਰ, ਉਹ ਕਹਿ ਰਹੇ ਸੀ ਇਹਨਾਂ ਦੇ ਨਾਲ ਇਹਨਾਂ ਦਾ ਬੇਟਾ ਸੀਗਾ 24 ਸਾਲ ਦਾ, ਵੀ ਉਹਦੀ ਉੱਥੇ ਡੈਥ ਹੋ ਗਈ ਹੈ ਅਤੇ ਉਹਦੇ ਵਾਸਤੇ ਪੁਲਿਸ ਸਾਨੂੰ ਰੇਲਵੇ ਪੁਲਿਸ ਵਾਲੇ ਲੈ ਕੇ ਆਉਣਗੇ, ਬੋਡੀ 'ਤੇ ਅਸੀਂ ਮੋਰਚਰੀ ਦਿਖਾ ਦਾਂਗੇ। ਲੇਡੀਜ਼ ਕੋਈ ਰੈਫਰ ਕੀਤਾ ਸਰ ਕੋਈ? ਹਾਂਜੀ, ਲੇਡੀਜ਼ ਦੇ ਜਿਹੜੀ ਬਾਂਹ ਦੇ ਵਿੱਚ ਕਰਾਸ਼ ਇੰਜਰੀ ਹੋ ਗਈ ਸੀ ਕਾਫੀ ਬੜੀ, ਅਤੇ ਉਹਦੇ ਨੂੰ ਅਸੀਂ ਫਸਟ ਏਡ ਦੇ ਕੇ ਔਰਥੋਪੀਡਿਕ ਲੈ ਕੇ ਅਸੀਂ ਅੱਗੇ ਰੈਫਰ ਕਰਤਾ ਪੱਤੀ ਚੰਡੀਗੜ੍ਹ ਫੋਰ ਫਰਦਰ ਮੈਨੇਜਮੈਂਟ।